ਇਹ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਲਾਇਬ੍ਰੇਰੀ, ਉਹਨਾਂ ਦੀ ਯਾਦ ਵਿੱਚ ਬਣਾਈ ਹੋਈ ਬਹੁਤ ਸੋਹਣੀ ਪਾਰਕ ਅਤੇ ਬਹੁਤ ਸੋਹਣੇ ਬੁੱਤ ਵਗੈਰਾ ਬਣਾਏ ਹੋਏ ਨੇ। ਉਸ ਨੂੰ ਸਾਰੀ ਦਿਖਾਉਂਦੇ ਹਾਂ। ਪਿੰਡ ਸਰਾਭਾ ਵਿੱਚ ਬਣਾਈ ਹੋਈ ਆ। ਬਹੁਤ ਜ਼ਿਆਦਾ ਸੋਹਣੀ ਸਜਾਵਟ ਕੀਤੀ ਹੋਈ ਆ। ਦੇਖੋ ਆਪਣੇ ਸ਼ਹੀਦ ਬਾਬੇ ਸਫਰੀ ਆਇਆ ਪਰਮ। ਕਿੰਨੀ ਸੋਹਣੀ ਪਾਰਕ ਆ, ਹਨਾ? ਬਹੁਤ ਸੋਹਣੀ ਹੈ ਯਾਰ। ਬਹੁਤ ਜ਼ਿਆਦਾ ਸੋਹਣੀ ਬਣਾਈ ਹੋਈ ਆ। ਇਹ ਦੇਖਦੇ ਅੰਦਰ ਕੀ ਆ। ਬੁੱਤ ਬਣਾਇਆ ਵਾ, ਚੱਲ ਖੋਲ ਤਾਂ। ਫੋਟੋਆਂ ਬਣਾਈ ਹੋਈਆਂ ਬਾਈ, ਕਿੰਨੀ ਸੋਹਣੀ ਬਣਾਈ ਹੋਈ ਆ। ਦੇਖਣਾ ਪਰਮ, ਕਾਹਦੇ ਨਾਲ ਬਣਾਈ ਇਹ? ਕਿੱਲਾਂ ਦੀ ਬਣਾਈ ਹੋਈ ਆ ਬਾਈ। ਅੱਛਾ, ਮੇਖਾਂ ਨੇ, ਹੈ ਨਾ ਯਾਰ? ਦੇਖੋ ਮੇਖਾਂ ਨਾਲ ਕਿੰਨੀ ਸੋਹਣੀ ਕਲਾਕਾਰੀ ਕੀਤੀ ਹੋਈ ਆ। ਆਹ ਕੀ ਚੀਜ਼ ਆ? ਬਹੁਤ ਸੋਹਣੀ ਕਲਾਕਾਰੀ ਆ ਬਾਈ ਇਹ। ਇਹ ਯਾਰ ਪਤਾ ਨਹੀਂ ਕੀ ਹੈ ਨਾ। ਚਲੋ ਇੱਧਰ ਦੇ ਦੇ, ਇੱਧਰ ਦੇ ਦੇ, ਇੱਧਰ ਪਤਾ ਨਹੀਂ, ਦੇ ਤਾਂ ਗੇਟ ਲੱਗਿਆ, ਲੋਕ ਲੱਗਿਆ, ਇੱਧਰ ਦੇ। ਹਾਂ, ਲਾਇਬ੍ਰੇਰੀ ਆ ਗਈ ਨਾ, ਇੱਥੇ ਪਈਆਂ ਨੇ ਬੁੱਕਸ, ਪਈਆਂ ਨੇ ਆਹਦੇ ਪਈਆਂ ਬੁੱਕਸ ਕਿੰਨੀਆਂ। ਇੱਥੇ ਤੁਸੀਂ ਬੁੱਕਸ ਪੜ੍ਹ ਸਕਦੇ ਹੋ ਆ ਕੇ, ਹੈ ਨਾ। ਪਰ ਮੈਂ ਇਹ ਕਰਤਾਰ ਸਿੰਘ ਸਰਾਭਾ ਜੀ ਦੀ ਹੈ ਨਾ, ਜਿਵੇਂ ਗਾਥਾ ਸ਼ਹੀਦ ਮਦਨ ਲਾਲ ਢੀਂਗੜਾ, ਇਹ ਸਾਰੇ ਆਪਣੇ ਮੈਂ ਨਾ ਉਹ ਨੇ ਗਦਰੀ ਬਾਬਿਆਂ ਦੀਆਂ ਨੇ, ਹੈ ਨਾ। ਨਹੀਂ ਨਹੀਂ, ਵਿੱਚ ਵਿੱਚ ਸਾਰੀਆਂ ਹੀ ਨੇ ਆਹਦੇ, ਜਿਵੇਂ ਮੁੱਲ ਦਾ ਮਾਸ, ਸੰਘਣੀ ਛਾਂ, ਅੱਬੀ ਪਾਠਸ਼ਾਲਾ, ਸਾਰੀਆਂ ਕਿਤਾਬ ਬੁੱਕਸ ਨੇ, ਇੱਥੇ ਪੜ੍ਹ ਸਕਦੇ ਹਾਂ ਆ ਕੇ ਆਪਾਂ। ਉਹਦੇ ਕਿੰਨੇ ਸੋਹਣੇ ਬੁੱਤ ਬਣਾਏ ਹੋਏ ਨੇ। ਚਲੋ, ਪਿੰਡ ਸਰਾਭਾ ਵਿਖੇ